मालवा पंजाब दियां सियासी धार्मिक समाजिक ते राजनीतिक लहरां दा गढ़ है। थिएटर ग्रुप दे नाल जुड़ गया प्रोग्रेसिव कला मंच दे नाल भाई मन्ना सिंह होरी विशाल सिंह होरां दी टीम जिहड़ी आउंदी सी इत्थे नाटक करन। तुसी भी स्टूडेंट आए सी, तुसी क्यों नहीं बिगड़े? जिहड़े कहिंदे स्टूडेंट होए आ के बिगड़ जांदे ने, कि 4.5 लाख के करीब स्टूडेंट जिहड़ा आउंदा है तो उहदे विचों कोई 100-150 चलो तुसी 1000 ला लो, 99.9% जिहड़ा स्टूडेंट आ उह मेहनत कर रहा है, ਉਹ ਕੰਸਟਰਕਸ਼ਨ ਦਾ ਕੰਮ ਕਰਦਾ, ਉਹ ਸਕਿੱਪ ਦਾ ਡਿਸ਼ ਤੇ ਕੰਮ ਕਰਦਾ। ਕਿਵੇਂ ਤੁਹਾਡਾ ਰਾਜਨੀਤੀ 'ਚ ਇੰਟਰਸਟ ਜਾ ਗਿਆ? ਉੱਥੋਂ ਵਾਲੀ ਗੱਲ ਇੱਥੇ ਲਿਆਏ ਜਾਂ ਇੱਥੇ ਆ ਕੇ? ਮੈਂ ਕਦੇ ਹਿੰਦੁਸਤਾਨ 'ਚ ਕਦੇ ਵੋਟ ਵੀ ਨਹੀਂ ਪਾਈ। ਦੇਖੋ ਕਈ ਵਾਰੀ ਉਹੀ ਸੋਸ਼ਲ ਮੀਡੀਆ 'ਤੇ ਕਈ ਵਾਰੀ ਕੁਛ ਚੀਜ਼ਾਂ ਜ਼ਿਆਦਾ ਚੱਲ ਜਾਂਦੀਆਂ, ਅਦਰਵਾਈਜ਼ ਜੇ ਤੁਸੀਂ ਗਿਣਤੀ ਦੇਖੋ ਤਾਂ ਜਿਹੜਾ ਸਟੂਡੈਂਟ ਆ ਮਤਲਬ ਜਿੰਨੀ ਉਹ ਮਿਹਨਤ ਕਰ ਰਿਹਾ ਔਰ ਘੱਟ ਤਨਖਾਹਾਂ 'ਤੇ ਉਹਨਾਂ ਨੂੰ ਕਈ ਵਾਰੀ ਕੰਮ ਕਰਨਾ ਪੈਂਦਾ। ਸਾਹਿਤ ਅਤੇ ਥੀਏਟਰ ਤੋਂ ਵੱਡੀ ਰਾਜਨੀਤੀ ਵੀ ਕੋਈ ਨਹੀਂ ਹੁੰਦੀ। ਰਾਜਨੀਤੀ ਤਾਂ ਇਹ ਵੀ ਤੁਸੀਂ ਲੋਕ ਪੱਖੀ ਗੱਲ ਲੋਕਾਂ 'ਚ ਕਿਵੇਂ ਲੈ ਕੇ ਜਾਂਦੇ? ਬਿਲਕੁਲ, ਸਟੂਡੈਂਟ ਯੂਨੀਅਨ ਦੇ ਵਿੱਚ ਇੱਥੇ ਇਨਵੋਲਵ ਹੋ ਗਿਆ ਜਦੋਂ ਫੀਸਾਂ ਦਾ ਵਾਧਾ ਹੋ ਰਿਹਾ ਸੀ। ਜਿਮ ਪ੍ਰੈਂਟਿਸ ਹੋਰੀ ਪ੍ਰੀਮੀਅਰ ਹੁੰਦੇ ਸੀਗੇ ਉਹਨਾਂ ਦੇ ਖਿਲਾਫ ਜਿਹੜਾ ਪ੍ਰੋਟੈਸਟ ਹੋਇਆ ਸਟੂਡੈਂਟਸ ਨੂੰ ਆਰਗੇਨਾਈਜ਼ ਕਰਨ ਦਾ, ਜਦੋਂ ਲੇਟਨ ਹੋਰਾਂ ਦੀ ਡੈਥ ਹੋਈ ਆ ਤਾਂ ਗੋਰੇ ਰੋਏ, ਕਹਿੰਦੇ ਗੋਰੇ ਰੋਏ। ਔਰ ਜਿਹੜਾ ਕੈਨੇਡਾ ਦੇ ਲੋਕਾਂ ਨੂੰ ਸਭ ਨੂੰ ਬਰਾਬਰ ਅਧਿਕਾਰ ਦਿੰਦਾ, ਜਿਹੜਾ ਕੈਨੇਡਾ ਦਾ ਫਲੈਗਸ਼ਿਪ ਚੀਜ਼ ਹੈ ਕੈਨੇਡੀਅਨ ਚਾਰਟਰ ਆਫ ਰਾਈਟਸ, ਉਹ ਸਸਕੈਚਵਨ ਬਿੱਲ ਆਫ ਰਾਈਟਸ ਜਿਹੜਾ ਉਹ ਟਾਮੀ ਡਗਲਸ ਹੋਰੀ ਲੈ ਕੇ ਆਏ ਸੀ ਸਸਕੈਚਵਨ ਦੇ ਵਿੱਚ। ਜਦੋਂ ਕੰਜ਼ਰਵੇਟਿਵ ਅਤੇ ਦੂਸਰੀਆਂ ਪਾਰਟੀਆਂ ਇਹ ਜ਼ੋਰ ਲਾ ਰਹੀਆਂ ਸੀ ਕਿ ਚਿੱਟੀ ਵਾਈਟ ਸਕਿਨ ਤੋਂ ਬਿਨਾਂ ਵਾਲੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ, ਤਾਂ ਉਦੋਂ ਜਿਹੜੀ ਪਾਰਟੀ ਸਾਡੇ ਨਾਲ ਖੜੀ ਸੀ ਤਾਂ ਉਹ NDP ਸੀ, ਉਹ CCF ਸੀ ਉਸ ਵੇਲੇ। ਪੰਜਾਬ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਰਹਿੰਦਾ ਤੁਹਾਡਾ, ਜਾਂਦੇ ਰਹੇ ਨੇ ਉਹ ਪੰਜਾਬ? ਕਾਫੀ ਮੇਰਾ ਉੱਥੇ ਮੇਰੇ ਦੋਸਤ ਮਿੱਤਰ ਹੈ, ਮੇਰੇ ਟੀਚਰ ਹੈ ਜਿਹਨਾਂ ਨੂੰ ਮੈਂ ਮਿਲ ਕੇ ਆਉਣਾ, ਅਜੀ ਬਹੁਤ ਵਧੀਆ ਰਿਸ਼ਤਾ ਉਹਨਾਂ ਦੇ ਨਾਲ। ਪ੍ਰੋ ਪੰਜਾਬ TV 'ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਯਾਦਵਿੰਦਰ ਸਿੰਘ। ਮਾਲਵਾ ਪੰਜਾਬ ਦੀਆਂ ਸਿਆਸੀ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਲਹਿਰਾਂ ਦਾ ਗੜ੍ਹ ਹੈ, ਯਾਨੀ ਮਾਲਵੇ 'ਚ ਰਾਜਨੀਤੀ ਦੀ ਗੁੜ੍ਹਤੀ ਵੀ ਮਿਲਦੀ ਹੈ, ਖਾਸ ਤੌਰ 'ਤੇ ਬਠਿੰਡਾ ਮੁਕਤਸਰ ਫਰੀਦਕੋਟ ਇਲਾਕੇ ਸਿਆਸਤ ਦਾ ਪਿਛਲੇ ਸਮੇਂ 'ਚ ਵੀ ਗੜ੍ਹ ਰਹੇ ਨੇ ਅਤੇ ਜਦੋਂ ਦੂਜੀਆਂ ਧਰਤੀਆਂ 'ਤੇ ਆਉਂਦੇ ਨੇ ਉਦੋਂ ਵੀ ਆ ਕੇ ਸਿਆਸਤ 'ਚ ਰੁਚੀ ਲੈਂਦੇ ਨੇ। ਇੱਥੇ ਕੈਨੇਡਾ ਦੇ ਅੰਦਰ ਮੈਂ ਕੈਲਗਰੀ 'ਚ ਬੈਠਾ, ਸਟੂਡੈਂਟ ਆਏ ਹੋਏ ਵੀ ਪੰਜਾਬ ਤੋਂ ਇੱਥੇ ਰਾਜਨੀਤੀ ਸ਼ੁਰੂ ਕਰ ਰਹੇ ਨੇ। ਸਾਡੇ ਨਾਲ ਗੁਰਿੰਦਰ ਬਰਾੜ ਨੇ ਜਿਹੜੇ ਫਰੀਦਕੋਟ ਨਾਲ ਸੰਬੰਧ ਰੱਖਦੇ ਨੇ, ਜਿਹੜੇ ਇੱਥੋਂ ਦੀ ਰਾਜਨੀਤੀ 'ਚ ਇੰਟਰਸਟ ਲੈ ਰਹੇ ਨੇ, NDP ਨਾਲ ਜੁੜੇ ਹੋਏ ਨੇ ਔਰ ਵਿਦਿਆਰਥੀ ਆਏ ਸੀ, ਸਭ ਤੋਂ ਵੱਡੀ ਗੱਲ ਹੈ। ਵਿਦਿਆਰਥੀਆਂ ਦੇ ਉੱਤੇ ਬਹੁਤ ਸਾਰੇ ਐਲੀਗੇਸ਼ਨ ਵੀ ਲੱਗਦੇ ਨੇ ਵੀ ਇਹ ਫਲਾਨੇ ਪਰਾਜੇ ਚਲੇ ਜਾਂਦੇ ਨੇ, ਫਲਾਨੇ ਚਲੇ ਜਾਂਦੇ ਨੇ, ਇੱਥੇ ਇਕੱਠੇ ਹੋ ਜਾਂਦੇ ਨੇ, ਓਲਡ ਸਕੂਲ ਵਰਸਸ ਨਿਊ ਸਕੂਲ ਵੀ ਆ, ਪਰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਵੀ ਨੇ ਅਤੇ ਵਿਦਿਆਰਥੀ ਬਹੁਤ ਸੀਰੀਅਸ ਅਤੇ ਗੰਭੀਰ ਕੰਮ ਵੀ ਕਰ ਰਹੇ ਨੇ ਕਮਿਊਨਿਟੀ ਲਈ ਵੀ ਅਤੇ ਕੈਨੇਡਾ ਦੇ ਲਈ ਵੀ ਅਤੇ ਸਿੱਖ ਜਾਂ ਪੰਜਾਬੀ ਭਾਈਚਾਰੇ ਲਈ ਵੀ। ਸਵਾਗਤ ਹੈ ਬਾਈ ਜੀ, ਬਹੁਤ ਬਹੁਤ ਪ੍ਰੋ ਪੰਜਾਬ ਟੀਮ। ਥੈਂਕ ਯੂ ਯਾਦਵਿੰਦਰ ਜੀ, ਤੁਹਾਡੇ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਵੀ ਸਟੂਡੈਂਟ ਆਏ ਸੀ, ਤੁਸੀਂ ਕਿਉਂ ਨਹੀਂ ਵਿਗੜੇ? ਜਿਹੜੇ ਕਹਿੰਦੇ ਸਟੂਡੈਂਟ ਹੋਏ ਆ ਕੇ ਵਿਗੜੇ ਜਾਂਦੇ ਨੇ, ਉਹਨਾਂ ਦੀ ਗਿਣਤੀ ਕਿੰਨੀ ਕੁ ਬਦਨਾਮੀ ਜ਼ਿਆਦਾ ਕਰ ਦਿੰਦੇ? ਇਹ ਕਿਉਂ ਐ ਰੌਲਾ ਪੈਂਦਾ ਉਹਦੇ ਸਟੂਡੈਂਟ ਵਾਲਾ? ਤੁਸੀਂ ਅੱਜ ਇੰਨੇ ਗੰਭੀਰ ਰਾਜਨੀਤੀ, ਸਭ ਤੋਂ ਗੰਭੀਰ ਪੇਸ਼ ਹੈਗਾ ਜੀ, ਤੁਸੀਂ ਰਾਜਨੀਤੀ ਕਰ ਰਹੇ ਹੋ ਤਾਂ ਉਹ ਕਹਿੰਦੇ ਜੀ ਕੋਈ ਕਹਿੰਦਾ ਸ਼ੈਰਟਨ ਪਲਾਜ 'ਤੇ ਗੇੜਾ ਮਾਰ ਗਏ, ਕੋਈ ਕਹਿੰਦਾ ਜੀ ਫਲਾਨੇ ਪਲਾਜੇ 'ਤੇ ਗੇੜਾ ਮਾਰ ਗਏ, ਟੋਰਾਂਟੋ ਤੋਂ ਲੈ ਕੇ ਕੈਲਗਰੀ ਤੱਕ ਹੀ ਰੌਲਾ ਪੈਂਦਾ ਰਹਿੰਦਾ? ਦੇਖੋ ਕਈ ਵਾਰੀ ਉਹੀ ਸੋਸ਼ਲ ਮੀਡੀਆ 'ਤੇ ਕਈ ਵਾਰੀ ਕੁਛ ਚੀਜ਼ਾਂ ਜ਼ਿਆਦਾ ਚੱਲ ਜਾਂਦੀਆਂ, ਅਦਰਵਾਈਜ਼ ਜੇ ਤੁਸੀਂ ਗਿਣਤੀ ਦੇਖੋ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ 4.5-5 ਲੱਖ ਦੇ ਕਰੀਬ ਸਟੂਡੈਂਟ ਜਿਹੜਾ ਆਉਂਦਾ ਹੈ ਤਾਂ ਉਹਦੇ ਵਿੱਚੋਂ ਕੋਈ 100-150 ਚਲੋ ਤੁਸੀਂ 1000 ਲਾ ਲਓ, ਜਿਹੜਾ ਕੋਈ ਇਸ ਤਰ੍ਹਾਂ ਇਹ ਗੇੜੀਆਂ ਜਾਂ ਤੁਸੀਂ ਕਹਿ ਲਓ ਕਿ ਪੁੱਠ ਸਿੱਧੇ ਕੰਮਾਂ ਦੇ ਵਿੱਚ ਕਈ ਵਾਰੀ ਇਨਵੋਲਵ ਹੋ ਜਾਂਦੇ ਆ, ਪਰ ਉਹ ਇਹ ਨਹੀਂ ਹੈ ਕਿ ਉਹ ਉਸ ਤਰ੍ਹਾਂ ਦੇ ਛੋਟਾ ਨੰਬਰ ਆ, ਬਹੁਤ ਛੋਟਾ ਨੰਬਰ ਆ ਔਰ ਉਹ ਕੁਛ ਟਾਈਮ ਬਾਅਦ ਨਿਕਲ ਜਾਂਦੇ ਉਹਦੇ ਵਿੱਚੋਂ, ਉਹ ਨੰਬਰ ਹੋਰ ਵੀ ਥੋੜ੍ਹਾ ਰਹਿ ਜਾਂਦਾ ਜਦੋਂ ਉਮਰ ਹੁੰਦੀ ਹੈ, ਜਦੋਂ ਉਮਰ ਹੁੰਦੀ ਹੈ। ਪਰ ਸੱਚੀ ਤੁਹਾਨੂੰ ਦੱਸਾਂ ਜੀ ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਆ, 99.9% ਜਿਹੜਾ ਸਟੂਡੈਂਟ ਆ ਉਹ ਮਿਹਨਤ ਕਰ ਰਿਹਾ, ਉਹ ਕੰਸਟਰਕਸ਼ਨ ਦਾ ਕੰਮ ਕਰਦਾ, ਉਹ ਸਕਿੱਪ ਦਾ ਡਿਸ਼ 'ਤੇ ਕੰਮ ਕਰਦਾ, ਉਹ ਸਿਕਿਉਰਿਟੀ ਦਾ ਕੰਮ ਕਰਦਾ, ਉਹ ਗੱਡੀਆਂ ਧੋਣ ਦਾ ਕੰਮ ਕਰਦਾ, ਉਹ ਵਾਲਮਾਰਟਾਂ 'ਚ ਕੰਮ ਕਰਦਾ, ਕਿਹੜਾ ਉਹ ਕੰਮ ਹੈ ਜਿਹੜਾ ਉਹ ਨਹੀਂ ਕਰਦਾ? ਆਪਣੀਆਂ ਫੀਸਿਸ ਡਬਲ ਦੀ ਡਬਲ ਜਿਹੜੀਆਂ ਫੀਸਿਸ ਦਿਨ ਬ ਦਿਨ ਵੱਧ ਰਹੀਆਂ ਉਹ ਤਾਰ ਰਿਹਾ, ਪਿੱਛੇ ਵੀ ਹੈਲਪ ਕਰ ਰਿਹਾ, ਆਪਣੇ ਜਿਹੜੇ ਹੋਰ ਭੈਣ ਭਾਈ ਆ ਰਹੇ ਆ ਉਹਨਾਂ ਦੀਆਂ ਫੀਸਾਂ ਵੀ ਤਾਰ ਰਿਹਾ। ਸੋ ਜਿਹੜਾ ਸਟੂਡੈਂਟ ਆ ਮਤਲਬ ਜਿੰਨੀ ਉਹ ਮਿਹਨਤ ਕਰ ਰਿਹਾ ਔਰ ਘੱਟ ਤਨਖਾਹਾਂ 'ਤੇ ਉਹਨਾਂ ਨੂੰ ਕਈ ਵਾਰੀ ਕੰਮ ਕਰਨਾ ਪੈਂਦਾ, ਅਤੇ ਮੈਂ ਸਮਝਦਾ ਕਿ ਸਭ ਤੋਂ ਮਿਹਨਤ ਜਿਹੜਾ ਇਸ ਟਾਈਮ ਕੈਨੇਡਾ ਦੇ ਵਿੱਚ ਜੇ ਕੋਈ ਕਰ ਰਿਹਾ ਤਾਂ ਉਹ ਇੰਟਰਨੈਸ਼ਨਲ ਸਟੂਡੈਂਟ ਦੀ ਕੈਟੇਗਰੀ ਦੇ ਵਿੱਚ, ਜਿਹੜੇ ਸਟੂਡੈਂਟ ਆਉਂਦੇ ਆ ਮੁੰਡੇ ਕੁੜੀਆਂ ਉਹ ਮਿਹਨਤ ਕਰ। ਹੁਣ ਜਿਵੇਂ ਉਹ ਦੂਸਰੀ ਗੱਲ 'ਤੇ ਆਵਾਂ ਕਿ ਖਾਸ ਤੌਰ 'ਤੇ ਫਰੀਦਕੋਟ ਜ਼ਿਲ੍ਹਾ ਬੜਾ ਹੈ ਨਾ, ਪਹਿਲਾਂ ਮੁਕਤਸਰ ਤਾਂ ਬਾਅਦ 'ਚੋਂ ਨਿਕਲਿਆ ਹੈਗਾ, ਇੱਥੇ ਰਾਜਨੀਤੀ ਦੀ ਗੁੜ੍ਹਤੀ ਮਿਲਦੀ ਹੈਗੀ ਜੰਮਦਿਆਂ ਨੂੰ,
इन्हां ज़िलों के अंदर खास तौर पर ना ये पोलीटिकल कैपिटल कहना हुंदा मैं इन्हां इलाकों पंजाब दी सियासी राजधानिया ने स्टूडेंट आए स्टूडेंटों तो वैसे नहीं वेल मिलती और 2011 च आए हो 11 साल ही होया तुहानू है ना वो 11 साल चलो सैट तुसी क्यों किवें तुहाडा राजनीति च इंट्रस्ट जाग गया उत्थों वाली गल इत्थे ले आए जां इत्थे आके। हाँ जी मैं उतो 12वीं करके आ गया सीगा जी मैं कदे हिंदुस्तान च कदे वोट भी नहीं पाई तो उतों तो मैं कोई बहुती सियासत नहीं लैके आया पर मेरे घर दे विच साहित वाला बहुत माहौल है मेरे ताया जी उन्होंने घरे लाइब्रेरी बनाई हुई सी ते इत्थे आके मैं थिएटर ग्रुप दे नाल जुड़ गया प्रोग्रेसिव कला मंच दे नाल भाई मन्ना सिंह होरी गुरशांत सिंह होरां दी टीम जिहड़ी आउंदी सी इत्थे नाटक करन सुरिंदर शर्मा होरी लोक कला मंच मंडी बुलापुर तों उन्हां दे नाल मैं तकरीबन 8-9 साल नाटक कीते है ते उत्थों थिएटर तों मैनूं राजनीति दी समझ आई कि राजनीति कल्ली राजनीति वोटां पाउणियां राजनीति उही कहिंदा साहित ते थिएटर तों वड्डी राजनीति वी कोई नहीं हुंदी राजनीति ते है वी तुसीं लोक पक्खी गल लोकां च किवें लै के जांदे बिलकुल सो उत्थों मैनूं समझ आया कि लोकां दी ते जोकां दी राजनीति उहदे विच फर्क की है सो फिर उत्थों पढ़न दा इंट्रस्ट बणिया पढ़दे रहे नाल आपदी पढ़ाई करदे रहे नाल होर किताबां जिहड़ियां साहित दीआं जां समाज नूं समझण दीआं नॉमी कलाइन दीआं रसूल हमजा तो दी दागिस्तान या प्रोफेसर रणधीर सिंह दा जिहड़ा क्राइसिस ऑफ सोशलिज्म दी जिहड़ी बहुत वड्डी किताब आ उहनां दी उह पढ़न दा मतलब पूरी हिस्टरी समझण दा मौका मिलिया जिहड़ा उहने काफ़ी इंप्रूवमेंट जिहड़ी मेरे विच मेरी पॉलिटिक्स दे विच लैके आंदी ते मैं स्टूडेंट यूनियन दे विच इत्थे इनवॉल्व हो गया जदों फीसां दा वाधा हो रिहा सी जिम प्रेंटिस होरी प्रीमियर हुंदे सीगे उन्होंने खिलाफ जो प्रोटेस्ट होया स्टूडेंट्स ऑर्गेनाइज करन दा उहदे विच मैं पार्टीसपेट किया तो उतों फिर अगे दी अगे पॉलिटिक्स दे विच इनवॉल्व हो गया। NDP इस करके क्योंकि NDP सेंटर टू लेफ्ट आ कहिंदे फार लैफ्ट नहीं हैगी मैनूं कोई कहिंदा NDP मैं कहिंदा अच्छा NDP की है कहिंदे फार लैफ्ट नहीं सेंटर टू फार लैफ्ट नहीं सेंटर टू लैफ्ट आ। हाँ जी क्योंकि तुहाडा झुकाव साहित वाला जिहड़ा तुसीं दस रहे हो लैफ्ट वाला इस करके तुसीं NDP चुनी। देखो जी NDP है वो आम लोगों की पार्टी है जदों 1934 के CCF बनी सी कोऑपरेटिव कॉमनवैल्थ फैडरेशन जी बनी सी CCF उस जे बानी बनाने वाले लोग से नर्सा से डॉक्टर से किसान से टैक्सी चलाने वाले से हाउसवाइफ सगिया वकील सके इस तरह के लोगों ने यह पार्टी बनाई तो इन्होंने कनेडा का जो मैडिकेयर सिस्टम है वह NDP के जरिए टॉमी डगलस होरी सस्कैचवन तो स्टार्ट किया जिहड़ा कनेडा के लोगों सबनों बराबर अधिकार दिता जिहड़ा कनेडा का फ्लैगशिप चीज़ है कनेडियन चार्टर ऑफ राइट्स वह सस्कैचवन बिल ऑफ राइट्स जिहड़ा वह टॉमी डगलस होरी लैके आए थे सस्कैचवन के जिन्हों बाद फैडरल गवर्नमेंट ने अडोप्ट किया। सो यह प्रोग्रेसिव जे एलीमेंट्स आ सोसायटी के चाहे OEI होगी इंपलॉयमेंट इंश्योरेंस है लेबर लॉस के इंप्रूवमेंट्स है या स्मॉल बिजनेस की जी सपोर्ट आ सारी की जी जो तुम उन्हों का हिस्टरी फरोल दौ कनेडा के पता लगता है कि NDP ने उद्दे बहुत व्डा योगदान है ईवन के जोड़े मूल इतों के मूल निवासी लोग आ जिन्हों के नाल धक्का होया जिन्हों की नसलकुशी की गई उन्होंने बराबर के अधिकार दवाने की गल हो चाहे जोड़े भारतीय लोग या हिंदुस्तान तो सब कॉन्टीनेंट तो लोग आए थे उन्होंने वोट देन का अधिकार होवे उहदे विच बहुत सारे जिहड़े सीगे NDP दे एलीमेंट्स NDP दे जिहड़े एफिलिएट सीगे वो शामिल सीगे। सो मैं समझदा कि यह साढ़े लोगों के लिए यह नहीं कि मैं इस पार्टी के विच हाँ कि जदों कंजरवेटिव ते दूसरिया पार्टियां यह जोर ला रही सी कि चिट्टी वाइट स्किन तो बिना वाले लोगों को वोट पाउण दा अधिकार नहीं होना चाहिए तो उदों जिहड़ी पार्टी साढ़े नाल खड़ी सी तो वह NDP सी वह CCF सी उस वेले। सो असी जैक लेटन साढ़े लीडर होंगे सी 2011 तो वह ये कहते होंगे कि गल यह नहीं है कि असी सरकार बनाउणियां गल इह आ कि असीं जिन्हां दी डैथ हो गई ना। हाँ जी असीं सरकार नूं जिहड़ी सरकार आ उहनूं असीं इह दसणा कि तेरा काम लोकां लई काम कहिंदे बड़े पॉपुलर लीडर सी कोई मैनूं दस रिहा सीगा कि जदों मैं पहली वार कनेडा च किसी नूं लोकां नूं रोंदे आ देखिया। हाँ जी ਜਦੋਂ ਲੇਟਨ ਹੋਰਾਂ ਦੀ ਡੈਥ ਹੋਈ ਆ ਤਾਂ ਗੋਰੇ ਰੋਏ ਕਹਿੰਦੇ ਪੰਜਾਬ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਰਹਿੰਦਾ ਤੁਹਾਡਾ ਜਾਂਦੇ ਰਹਿੰਦੇ ਹੋ ਪੰਜਾਬ? ਹਾਂਜੀ ਪੰਜਾਬ ਜਾਂਦਾ ਰਹਿੰਦਾ ਮੇਰੇ ਫਾਦਰ ਮੇਰੇ ਪੇਰੈਂਟਸ ਮੇਰੇ ਮਦਰ ਉੱਥੇ ਹੀ ਰਹਿੰਦੇ ਆ ਉੱਥੇ ਜੋਬ ਕਰਦੇ ਆ ਸਿਵਲ ਹਸਪੀਟਲ ਫਰੀਦਕੋਟ ਦੇ ਵਿੱਚ ਅਤੇ ਮੈਂ ਉੱਥੇ ਤਕਰੀਬਨ ਸਾਲ ਦੋ ਸਾਲ ਬਾਅਦ ਜਾਂਦਾ ਰਹਿੰਦਾ। ਹਾਂਜੀ ਸੋ ਕਾਫੀ ਮੇਰਾ ਉੱਥੇ ਮੇਰੇ ਦੋਸਤ ਮਿੱਤਰ ਹੈ ਮੇਰੇ ਟੀਚਰ ਹੈ ਜਿਹਨਾਂ ਨੂੰ ਮੈਂ ਮਿਲ ਕੇ ਆਉਣਾ ਅਜੇ ਅੱਜ ਵੀ ਬਹੁਤ ਵਧੀਆ ਰਿਸ਼ਤਾ ਉਹਨਾਂ ਦੇ ਨਾਲ। ਧੰਨਵਾਦ ਬਾਈ ਜੀ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ। ਤਾਂ ਇਹ ਗੁਰਿੰਦਰ ਬਰਾੜ ਜਿਹੜੇ ਫਰੀਦਕੋਟ ਤੋਂ ਆਏ ਐਜ਼ ਅ ਸਟੂਡੈਂਟ ਇੱਥੇ ਸਟੂਡੈਂਟ ਰਹੇ ਸਟੂਡੈਂਟ ਪੋਲੀਟਿਕਸ ਵੀ ਕੀਤੀ ਥੀਏਟਰ ਵੀ ਕੀਤਾ ਔਰ ਜਿਹੜੀ ਇੱਕ ਸੋਸ਼ਲਿਜ਼ਮ ਦੀ ਪੋਲੀਟਿਕਸ ਹੈਗੀ ਸੋਸ਼ਲ ਜਸਟਿਸ ਦੀ ਪੋਲੀਟਿਕਸ ਆ ਉਹਦੇ ਨਾਲ ਵੀ ਕੰਮ ਕੀਤਾ ਅਤੇ ਹੁਣ NDP ਦੇ ਨਾਲ ਨੇ ਅਤੇ NDP ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਦੇਖਦੇ ਹਾਂ ਇਹਨਾਂ ਦਾ ਸਿਆਸੀ ਭਵਿੱਖ ਕਿਸ ਤਰ੍ਹਾਂ ਦਾ ਰਹਿੰਦਾ।